ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਸਾਡੇ ਇੱਕ ਸੈਮੀਨਾਰ 'ਚ ਸਵਾਲ ਸੀਗਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਈਏ ਕਿਵੇਂ। ਤਾਂ ਇਹਦੇ ਬਾਰੇ ਮੈਂ 5 ਕੁ ਨੁਕਤਿਆਂ 'ਤੇ ਮਾਪਿਆਂ ਨਾਲ ਹੀ ਗੱਲ ਕਰ ਰਿਹਾ, ਕਿਉਂਕਿ ਜੋ ਸਾਡੀ ਵਰਤਮਾਨ ਸਥਿਤੀ ਹੈ ਕਿ ਕੇਵਲ ਨਾਅਰੇ ਬਣ ਗਏ ਨੇ ਇਹ, ਨਸ਼ੇ ਨੂੰ ਛਡਾਉਣਾ, ਨਸ਼ੇ ਨੂੰ ਬੰਦ ਕਰਨਾ, ਪਰ ਇਹ ਸਰਕਾਰਾਂ ਦੇ ਵੀ ਸਿਰਾਂ ਦੇ ਉੱਤੋਂ ਦੀ ਪਾਣੀ ਲੰਘ ਚੁੱਕਾ ਹੈ। ਪਰ ਇਹਦੇ ਵਿੱਚ ਆਮ ਸਮਾਜ ਹੀ ਬਚ ਸਕਦਾ, ਜਿਵੇਂ ਲਿਖਿਆ ਹੁੰਦਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਇਹ ਜ਼ਿੰਮੇਵਾਰੀ ਸਮਾਜ ਨੂੰ, ਮਾਪਿਆਂ ਨੂੰ ਹੀ ਨਿਭਾਉਣੀ ਪੈਣੀ ਆ, ਸੰਸਥਾਵਾਂ ਨੂੰ ਨਿਭਾਉਣੀ ਪੈਣੀ ਹੈ। ਤਾਂ ਇਹਦੇ ਬਾਰੇ, ਕਿਉਂਕਿ ਜਿਹੜੀ ਇੱਕ ਮੈਡੀਕਲ ਰਿਪੋਰਟ ਹੈਗੀ ਹੈ ਕਿ ਬੱਚੇ ਦੀ ਪੈਦਾਇਸ਼ ਤੋਂ ਹੀ ਚੇਤਨਤਾ ਜ਼ਰੂਰੀ ਹੈ, ਖਾਸ ਕਰਕੇ ਨੌਜਵਾਨ ਵਰਗ ਵੀ ਸੋਚੇ ਕਿ ਅਸੀਂ ਪੰਜਾਬ ਦੇ ਲੋਕ ਚਾਹੇ ਕੋਈ ਫਸਲ ਬੀਜੀਏ, ਨਰਮਾ ਹੋਵੇ, ਕਪਾਹ ਹੋਵੇ, ਕਣਕ ਹੋਵੇ, ਕਿਸੇ ਦੀ ਪਨੀਰੀ ਹੋਵੇ, ਅਸੀਂ ਕਦੇ ਵੀ ਕੋਈ ਬਿਮਾਰ ਬੀਜ ਨੂੰ ਜਾਂ ਕਿਸੇ ਨੂੰ ਕੀੜਾ ਲੱਗਾ ਹੋਵੇ ਬੀਜ ਨੂੰ ਅਸੀਂ ਧਰਤੀ 'ਚ ਨਹੀਂ ਬੀਜਦੇ, ਅਸੀਂ ਦੁਫਾੜ ਬੀਜ ਨਹੀਂ ਬੀਜਦੇ ਕਿ ਇਹ ਤਾਂ ਪੈਦਾ ਹੀ ਨਹੀਂ ਹੋ ਸਕਦਾ। ਪਰ ਉਹ ਇੱਕ ਬਹੁਤ ਜਿਹੜਾ ਸੂਝਵਾਨ ਸ਼ਖਸ ਕਹਿ ਰਿਹਾ ਕਿ ਜਦੋਂ ਬੱਚੇ ਦੀ ਹੋਂਦ ਹੁੰਦੀ ਹੈ ਤਾਂ 80% ਪੰਜਾਬ ਦੇ ਜਿਹੜਾ ਨੌਜਵਾਨ ਹੈ ਇਹ ਤਾਂ ਪਹਿਲਾਂ ਹੀ ਨਸ਼ੇੜੀ ਹੈ। ਜਿਹੜੀ ਇਹਨਾਂ ਤੋਂ ਪੈਦਾਇਸ਼ ਹੋਏਗੀ ਉਹਦੇ ਤਾਂ ਬਲੱਡ ਵਿੱਚ ਹੀ ਨਸ਼ਾ ਹੋਏਗਾ ਅਤੇ ਉਹ ਤਾਂ ਨਸ਼ੇ ਦੀ ਮੰਗ ਕਰੇਗਾ। ਜਿਹਨੂੰ ਸਤਿਗੁਰੂ ਨਾ ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਾਂ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਜੇ ਉਹ ਜੇ ਅਸੀਂ ਕਾਰ ਕਰ ਰਹੇ ਹਾਂ ਅਤੇ ਫਲ ਤਾਂ ਉਹਦੇ ਤੋਂ ਪੈਦਾ ਹੋਣਾ। ਤਾਂ ਇਹ ਜਿਹੜਾ ਪੈਦਾਇਸ਼ ਦੇ ਸਮੇਂ ਤੋਂ ਹੀ ਚੇਤਨਤਾ ਇਸ ਲਈ ਜ਼ਰੂਰੀ ਹੈ ਕਿ ਭਾਈ ਜੇ ਇਹ ਬਿਮਾਰ ਬੀਜ ਹੈ, ਜੇ ਨਸ਼ੇੜੀ ਬੀਜ ਹੈ, ਤਾਂ ਇਹਦੀ ਹੋਂਦ ਵੀ ਉਸੇ ਅਨੁਸਾਰ ਹੀ ਹੋਊਗੀ। ਜਦੋਂ ਕਿ ਹਰ ਮਾਂ ਬਾਪ ਇਹ ਚਾਹੁੰਦਾ ਕਿ ਮੇਰਾ ਬੱਚਾ ਤੰਦਰੁਸਤ ਹੋਵੇ, ਨਸ਼ਿਆਂ ਤੋਂ ਮੁਕਤ ਹੋਵੇ, ਕਿਉਂਕਿ ਨਸ਼ੇ ਦੀ ਹੁਣ ਪਰਿਭਾਸ਼ਾ ਕਿੱਥੋਂ ਤੱਕ ਚਲੀ ਗਈ ਹੈ ਕਿ ਆ ਜਿੰਨੀ ਹੈਰੋਇਨ ਸਮੈਕ ਹੈ ਜਾਂ ਇੰਜੈਕਸ਼ਨ ਲਾ ਕੇ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ, ਅਤੇ ਪਿੰਡ ਪਿੰਡ ਦੇ ਵਿੱਚ ਇਹ ਇੱਕ ਬਹੁਤ ਵੱਡਾ ਕਹਿਰ ਹੋ ਰਿਹਾ, ਜਿਹਦੇ ਬਾਰੇ ਹੁਣ ਹੋਰ ਵੀ ਜਾਗਣਾ ਜ਼ਰੂਰੀ ਹੈ। ਇਹਨੂੰ ਕੇਵਲ ਕਰਮ 'ਤੇ ਜੇ ਕਰਕੇ ਬੈਠੇ ਰਹਾਂਗੇ ਕਿ ਇਸੇ ਤਰ੍ਹਾਂ ਹੋਣਾ, ਨਹੀਂ। ਸਤਿਗੁਰਾਂ ਨੇ ਇਹ ਵੀ ਕਿਹਾ, ਦੱਦਾ ਦੋਸ਼ ਨਾ ਦੇਊ, ਕਰਤਾ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਣਾ। ਇਸ ਲਈ ਇਹਦੀ ਜਿਹੜੀ ਧਰਤੀ ਵਿੱਚ ਜਿਹੜਾ ਬੀਜ ਬੋਣਾ ਹੈ ਇਹਦੇ ਲਈ ਵੀ ਚੇਤਨਤਾ ਜ਼ਰੂਰੀ ਹੈ। ਦੂਜਾ ਹੁੰਦਾ ਪਰਿਵਾਰਕ ਘਾਟ, ਕਿਉਂਕਿ ਬੱਚੇ ਦੀ ਹੋਂਦ ਤੋਂ ਜਦ ਵੀ ਉਹ ਸਿਆਣਾ ਹੁੰਦਾ, ਅਸੀਂ ਬੂਟਾ ਲਾਉਂਦੇ ਹਾਂ ਨਾ, ਬੂਟੇ ਦੀ ਛੰਗਾਈ, ਕਟਾਈ, ਸਿੰਜਾਈ, ਹਰ ਚੀਜ਼ ਬਾਰੇ ਜਿਹੜਾ ਮਾਲੀ ਹੈ ਉਹਨੂੰ ਸਿਖਰ 'ਤੇ ਲਿਜਾਣ ਲਈ ਬਹੁਤ ਚੇਤਨਤਾ ਦੇ ਨਾਲ ਬਾਗਾਂ ਵਿੱਚ ਬੂਟਿਆਂ ਨੂੰ ਪਾਲਦਾ, ਘਰਾਂ ਵਿੱਚ ਬੂਟਿਆਂ ਨੂੰ ਪਾਲਦਾ। ਤਾਂ ਇਹ ਜਿਹੜਾ ਪਰਿਵਾਰਕ ਮਾਹੌਲ ਬੱਚੇ ਵਾਸਤੇ, ਉਹਦੇ ਲਈ ਵਿੱਦਿਅਕ ਸੰਸਥਾਵਾਂ ਵੀ ਜ਼ਿੰਮੇਵਾਰ ਨੇ, ਭਾਵੇਂ ਉਹ ਛੋਟੀ ਅਵਸਥਾ ਦਾ ਬੱਚਾ ਹੋਵੇ, ਜਵਾਨ ਅਵਸਥਾ ਦਾ ਹੋਵੇ, ਪਰ ਫਿਰ ਵੀ ਜਿਹੜਾ ਪਰਿਵਾਰਕ ਮਾਹੌਲ ਹੁੰਦਾ ਕਿਸੇ ਬੱਚੇ ਨੂੰ ਦੇਣਾ, ਉਹਦੇ ਸੰਸਕਾਰਾਂ ਦੀ ਘਾਟ ਕਰਨੀ। ਔਰ ਕਈ ਵਾਰੀ ਸੱਜਣ ਸਵਾਲ ਕਰਦੇ ਕਿ ਨਹੀਂ ਜੀ ਮੈਂ ਨਸ਼ੇੜੀਆਂ ਪਰ ਮੇਰੇ ਬੱਚੇ ਠੀਕ ਨੇ, ਮੈਂ ਕਹਿੰਦਾ ਚੰਗੀ ਗੱਲ ਆ, ਬਹੁਤ ਚੰਗੀ ਗੱਲ ਹੈ। ਮਤਲਬ ਜੇ ਇਹ ਤਾਂ ਬੱਚਿਆਂ ਦੀ ਸਿਆਣਪ ਹੈ ਨਾ ਕਿ ਉਹ ਇਸ ਚੀਜ਼ ਤੋਂ ਮੁਕਤ ਹੋ ਗਏ ਨੇ,
ਪਰ ਇਹ ਇਸ ਤਰ੍ਹਾਂ ਦੇ ਅੰਤਰਦਵੰਦ ਸਵਾਲ ਜਵਾਬ ਸਮਾਜ ਦੇ ਮਨਾਂ 'ਚ ਹੁੰਦੇ ਆ। ਪਰ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਵੇਂ ਅਸੀਂ ਆਪਦੇ ਪਾਲਤੂ ਜੀਵ ਜੰਤੂਆਂ ਤੋਂ ਲੈ ਕੇ ਅਸੀਂ ਇੰਨੀ ਪਰਵਰਿਸ਼ ਕਰਦੇ ਹਾਂ, ਆਪਦੀਆਂ ਹਰ ਫਸਲਾਂ ਦੀ ਕਰਦੇ ਹਾਂ, ਆਪਣੀਆਂ ਗੱਡੀਆਂ ਦੀ ਕਰਦੇ ਹਾਂ, ਉਹਨਾਂ ਬਾਰੇ ਬਹੁਤ ਚੇਤਨਤਾ ਨਾਲ ਰਹਿੰਦੇ ਹਾਂ, ਅਤੇ ਕਈ ਵਾਰੀ ਬੱਚਿਆਂ ਬਾਰੇ ਬੰਦਾ ਬਿਲਕੁਲ ਬੇਪਰਵਾਹ ਹੋ ਜਾਂਦਾ। ਤੀਜਾ ਹੁੰਦਾ ਬੱਚੇ ਦੀ ਐਨਰਜੀ। ਹਰ ਬੱਚੇ ਨੂੰ ਕੁਦਰਤ ਨੇ ਇੱਕ ਸ਼ਕਤੀ ਦਿੱਤੀ ਹੈ, ਪਰ ਉਹਦੀ ਸ਼ਕਤੀ ਨੂੰ ਸਾਰਥਕ ਰੂਪ ਦੇਣਾ ਜਾਂ ਮੋੜ ਦੇਣਾ ਇਹ ਜ਼ਰੂਰੀ ਹੈ। ਕਿੰਨੀਆਂ ਕਲਾਵਾਂ ਨੇ ਸਾਡੇ ਸੱਭਿਆਚਾਰ ਦੇ ਵਿੱਚ, ਬੱਚੇ ਨੂੰ ਬਾਲਪਨ ਤੋਂ ਕਿਸੇ ਕਲਾ ਨਾਲ ਜੋੜਨਾ ਵੀ ਜ਼ਰੂਰੀ ਹੈ, ਕਿਉਂਕਿ ਸਾਡੇ ਖਾਸ ਕਰਕੇ ਪੰਜਾਬੀਆਂ ਵਿੱਚ ਕਮੀ ਵੀ ਹੈ ਕਿ ਸਾਡੇ ਕੋਲ ਬੱਚਿਆਂ ਕੋਲ ਚਿੱਤਰ ਕਲਾ ਹੈ, ਸੰਗੀਤ ਕਲਾ ਹੈ, ਨ੍ਰਿਤ ਕਲਾ ਹੈ, ਉਹ ਲੈਕਚਰ ਕਰਦੇ ਨੇ, ਉਹ ਭਾਸ਼ਣ ਕਰਦੇ ਨੇ, ਉਹ ਅਨੇਕ ਤਰ੍ਹਾਂ ਦੇ ਕਲਾ ਕਿਰਤਾਂ ਦੇ ਵਿੱਚ ਜੁੜ ਸਕਦੇ ਆ, ਅਤੇ ਉਹਨੂੰ ਸਾਨੂੰ ਪ੍ਰੇਰਨਾ ਜ਼ਰੂਰੀ ਹੈ। ਸੰਗੀਤ ਨਾਲ ਆਉਣ, ਕਿਸੇ ਵੀ ਤਰੀਕੇ ਨਾਲ ਆਉਣ, ਕਿਸੇ ਵੀ ਕਲਾ ਨਾਲ ਜੋੜਾਂਗੇ ਤਾਂ ਉਹਦੀ ਜਿਹੜੀ ਐਨਰਜੀ ਹੈ ਉਹ ਹਮੇਸ਼ਾ ਚੰਗੇ ਪਾਸੇ ਜਾਏਗੀ। ਉਹਨੂੰ ਪੜ੍ਹਨ ਲਈ, ਉਹਨੂੰ ਚਿੱਤਰ ਕਲਾ ਲਈ, ਉਹਨੂੰ ਪੁਸਤਕਾਂ ਸਾਂਭਣ ਲਈ, ਉਹਨੂੰ ਮੈਗਜ਼ੀਨ ਪੜ੍ਹਨ ਲਈ, ਇਹਦੇ ਛੋਟੇ ਛੋਟੇ ਹਾਲੇ ਹੋਣ ਕਿ ਵਿੱਦਿਆ ਤੋਂ ਸਿਵਾ ਬੱਚੇ ਵਿੱਚ ਇੱਕ ਕਲਾ ਪ੍ਰਤੀ ਪਿਆਰ ਹੋਵੇ ਤਾਂ ਕਿ ਉਹਨੂੰ ਜਿਉਣ ਦਾ ਚਾਅ ਬਣਿਆ ਰਹੇ। ਇਹ ਤਾਂ ਅੱਜ ਵਿਸ਼ਵ ਭਰ ਦੀ ਖੋਜ ਹੈ ਕਿ ਜਿਸ ਬੰਦੇ ਦੇ ਕੋਲ ਕੋਈ ਆਰਟ ਨਹੀਂ ਹੈ, ਜ਼ਿੰਦਗੀ ਜਿਉਣ ਦੇ ਵਾਸਤੇ ਕਿਸੇ ਕਲਾ ਨਾਲ ਨਹੀਂ ਜੁੜਿਆ, ਚਾਹੇ ਉਹ ਸਰੋਤਾ ਹੀ ਕਿਉਂ ਨਾ ਹੋਵੇ ਚੰਗਾ, ਨਹੀਂ ਤਾਂ ਫਿਰ ਉਹ ਆਪਣੀ ਜ਼ਿੰਦਗੀ 'ਚ ਬੋਰੀਅਤ ਮਹਿਸੂਸ ਕਰਦਾ। ਇਸ ਲਈ ਕਿਸੇ ਉਹਦੀ ਐਨਰਜੀ ਨੂੰ ਸਹੀ ਢੰਗ ਨਾਲ ਦਿਸ਼ਾ ਅਤੇ ਦਸ਼ਾ ਉਹ ਜਿਹੜੀ ਸਥਾਪਿਤ ਕਰਨੀ, ਉਹਦੇ ਵਾਸਤੇ ਵੀ ਸਾਡੀ ਜ਼ਰੂਰ ਪਹੁੰਚ ਹੋਣੀ ਚਾਹੀਦੀ ਹੈ। ਇੱਕ ਹੁੰਦਾ ਉਮਰ ਦੇ ਪੜਾਅ ਨੂੰ ਸਮਝਣ। ਬੱਚਾ ਕਿਉਂ ਨਹੀਂ ਬਹੁਤ ਸ਼ਰੀਫ ਹੁੰਦਾ ਬਚਪਨ ਦੇ ਵਿੱਚ, ਪਰ ਜਦੋਂ ਇੱਕ ਉਮਰ ਬਦਲਦੀ ਜਾ ਕੇ 13, 14, 15, 16 ਸਾਲ 'ਤੇ, ਮਾਂ ਬਾਪ ਕਈ ਵੀ ਉਹਨੂੰ ਇੱਕੋ ਤਰੀਕੇ ਨਾਲ ਸਮਝਦਾ ਕਿ ਸ਼ਾਇਦ ਇਹ ਉਸੇ ਤਰ੍ਹਾਂ ਦਾ ਜਿਵੇਂ ਪਹਿਲਾਂ ਸ਼ਰੀਫ ਸੀਗਾ। ਕਈ ਅੱਤ ਦੇ ਸ਼ਰੀਫ ਨੇ, ਉਹਨਾਂ ਦੀਆਂ ਹੋਰ ਸਮੱਸਿਆਵਾਂ ਆ ਜਾਂਦੀਆਂ। ਜਿਹੜੇ ਬਾਏ ਬਰਥ ਸ਼ਾਈ ਹੁੰਦੇ ਆ ਉਹ ਬਹੁਤ ਸੰਘਾਲੂ ਹੁੰਦੇ ਆ, ਉਹਨਾਂ ਦਾ ਬਹੁਤ ਕੁ ਵਿਕਾਸ ਰੁਕ ਜਾਂਦਾ, ਉਹ ਸਮਾਜ ਵਿੱਚ ਨਹੀਂ ਬੋਲ ਸਕਦੇ। ਉਹਨਾਂ ਨੂੰ ਵੀ ਲੀਹ 'ਤੇ ਚੜਾਉਣਾ ਜ਼ਰੂਰੀ ਹੈ। ਕਈ ਵਾਰੀ ਉਹ ਨਸ਼ੇੜੀ ਬੱਚਿਆਂ ਨਾਲੋਂ ਵੀ ਖਤਰਨਾਕ ਰੂਪ ਧਾਰਨ ਕਰ ਜਾਂਦੇ ਆ, ਜਿਨ੍ਹਾਂ ਦੀ ਕੋਈ ਚੰਗੀ ਸੁਸਾਇਟੀ ਨਹੀਂ ਹੁੰਦੀ, ਚੰਗਾ ਮਾਹੌਲ ਨਹੀਂ ਹੁੰਦਾ। ਉਹਦਾ ਕਾਰਨ ਹੈ ਕਿ ਬੱਚੇ ਦੇ ਦੋਸਤਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਜਿਵੇਂ ਕਬੀਰ ਸਾਹਿਬ ਜੀ ਦਾ ਸਲੋਕ ਹੈ ਨਾ, ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀ ਹੈ ਸਾਖਤ ਸੰਗ ਨਾ ਹੇਰ। ਕਹਿੰਦੇ ਹੁਣ ਵੀ ਉਹ ਬੇਰੀ ਦੇ ਰੁੱਖ ਰਾਗੇ ਕੇਲੇ ਦਾ ਰੁੱਖ ਹੋਵੇ, ਇਹ ਕੁਸੰਗ ਏਡਾ ਭੈੜਾ ਹੋ ਜਾਂਦਾ ਕਿ ਬੇਰੀ ਝੂਲਦੀ ਹੈ ਅਤੇ ਉਹਦੇ ਝੂਲਣ ਨਾਲ ਬੇਰੀ ਦੇ ਕੰਡਿਆਂ ਨਾਲ ਕੇਲੇ ਦੇ ਪੱਤੇ ਵੱਢੇ ਜਾਂਦੇ ਆ। ਇਹ ਜਿਹੜੀ ਸੰਗਤ ਹੁੰਦੀ ਨਾ, ਜੈਸੀ ਸੰਗਤ ਵੈਸੀ ਰੰਗਤ, ਬੱਚੇ ਦੀ ਸੁਸਾਇਟੀ ਨੂੰ ਸਮਝਣਾ, ਕਿਸ ਤਰ੍ਹਾਂ ਦੇ ਦੋਸਤਾਂ ਮਿੱਤਰਾਂ ਨਾਲ ਰਹਿੰਦਾ। ਉਹਦੇ ਵਿੱਚ ਅਨੇਕ ਕਿਸਮ ਦੇ ਅੱਜ ਕੱਲ੍ਹ ਤਾਂ ਬੜੀ ਸਾਜਿਸ਼ ਨਾਲ ਗਲੀਆਂ ਮੁਹੱਲਿਆਂ ਵਿੱਚ, ਪਿੰਡਾਂ ਸ਼ਹਿਰਾਂ ਵਿੱਚ ਵੀ ਇਹੋ ਜਿਹੇ ਲੋਕ ਪੈਦਾ ਕਰ ਦਿੱਤੇ ਜਾਂਦੇ ਆ ਜਿਹੜੇ ਉਹਨਾਂ ਨੂੰ ਪ੍ਰੇਰ ਕੇ ਨਸ਼ਿਆਂ ਵੱਲ ਜਾਂ ਬੁਰਾਈਆਂ ਵੱਲ ਲੈ ਜਾਂਦੇ ਨੇ। ਇਸ ਲਈ ਉਹਨਾਂ ਦੇ ਦੋਸਤਾਂ ਮਿੱਤਰਾਂ ਦੀ ਸੰਗਤ ਤੋਂ ਲੈ ਕੇ ਬੱਚਾ ਪੜ੍ਹਦਾ ਕੀ ਹੈ, ਬੱਚਾ ਦੇਖਦਾ ਕੀ ਹੈ, ਬੱਚਾ ਸੁਣਦਾ ਕੀ ਹੈ, ਉਹਦੇ ਉੱਤੇ ਜਿਹੜੀ ਬਾਜ਼ਅੱਖ ਹੈ, ਬਾਜ਼ਅੱਖ ਹੁੰਦਾ ਕਿ ਉਹਨੂੰ ਖੁਦ ਅਧਿਐਨ ਕਰਨਾ, ਨਹੀਂ ਤਾਂ ਜਦੋਂ ਹੱਥੋਂ ਇਹ ਸਾਰੀ ਖੇਡ ਨਿਕਲ ਜਾਂਦੀ ਹੈ ਉਸ ਸਮੇਂ ਕੇਵਲ ਜਿਹੜਾ ਪਛਤਾਵਾ ਰਹਿ ਜਾਂਦਾ। ਪੰਜਵੀਂ ਵੱਡੀ ਗੱਲ ਹੈ ਕਿ ਨੇੜਤਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਮਾਂ ਬਾਪ ਆਪਣੇ ਬੱਚੇ ਬੱਚੀਆਂ ਦੇ ਦੋਸਤ ਮਿੱਤਰ ਬਣਨ। ਦੋਸਤ ਮਿੱਤਰ ਦਾ ਮਤਲਬ ਇੱਕ ਇੰਨੀ ਨੇੜਤਾ ਤਾਂ ਕਦੀ ਨਹੀਂ ਹੁੰਦੀ, ਪਰ ਨੇੜਤਾ ਰੱਖਣੀ ਜ਼ਰੂਰੀ ਹੈ। ਰਿਸ਼ਤਿਆਂ ਦਾ ਇੱਕ ਸੰਬੰਧ ਹੁੰਦਾ,
ਜਦੋਂ ਯੁੱਗ ਬਦਲਦਾ ਨਾ, ਉਹਦੇ ਨਾਲ ਸਾਨੂੰ ਸੁਭਾਅ ਵੀ ਬਦਲਣੇ ਜ਼ਰੂਰੀ ਹੈ ਕਿ ਜਿਹੜੀ ਫਰੈਂਡਸ਼ਿਪ ਹੈ ਬੱਚਿਆਂ ਦੇ ਨਾਲ, ਬੱਚਿਆਂ ਦੇ ਦੁੱਖ ਦਰਦ ਨੂੰ ਸਮਝਿਆ ਹੀ ਤਾਂ ਜਾ ਸਕਦਾ। ਮੈਂ ਖੁਦ ਬਹੁਤ ਸਾਰੇ ਕੈਂਪਾਂ 'ਚ ਗਿਆ, ਬੱਚਿਆਂ ਦੀ ਕੁਝ ਦੀ ਕੌਂਸਲਿੰਗ ਕੀਤੀ ਕਿ ਉਹਨਾਂ ਨੂੰ ਉਹ ਸਬਜੈਕਟ ਨਹੀਂ ਆਉਂਦਾ, ਅਤੇ ਘਰ ਦੇ ਇਹ ਸਮਝ ਰਹੇ ਨੇ ਕਿ ਇਹਨੂੰ ਕੋਈ ਭੂਤ ਪ੍ਰੇਤ ਚਿੰਬੜ ਗਿਆ, ਉਹ ਧਾਗਿਆਂ ਤਵੀਤਾਂ ਦੇ ਚੱਕਰਾਂ 'ਚ ਪਏ ਹੋਏ ਨੇ। ਬੱਚੇ ਨੂੰ ਫਿਜਿਕਸ ਕਮਿਸਟਰੀ ਨਹੀਂ ਆ ਰਿਹਾ, ਉਹਨੂੰ ਧੱਕੇ ਨਾਲ ਸਬਜੈਕਟ ਪੜ੍ਹਾਏ ਜਾਂਦੇ ਨੇ, ਬੱਚੇ ਦੀ ਚੋਇਸ ਨਹੀਂ ਪੁੱਛੀ ਜਾਂਦੀ। ਤਾਂ ਜਿਹੜਾ ਯੁੱਗ ਆ ਨਾ, ਇਹਦੇ 'ਚ ਇੱਕ ਇੱਕ ਦੋ ਦੋ ਬੱਚੇ ਨੇ ਪਰਿਵਾਰਾਂ ਦੇ ਵਿੱਚ, ਤਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਵੀ ਜ਼ਰੂਰੀ ਹੈ ਕਿ ਹਰ ਇੱਕ ਥਾਂ ਦੇ ਉੱਤੇ, ਮਤਲਬ ਇਹ ਨਹੀਂ ਹੁੰਦਾ ਬੱਚਾ ਗਲਤ ਹੀ ਹੁੰਦਾ, ਬੱਚੇ ਦੀਆਂ ਵੀ ਮੁਸ਼ਕਲਾਂ ਵੀ ਹੁੰਦੀਆਂ ਨੇ, ਉਹਦਾ ਹੱਲ ਮਾਂ ਬਾਪ ਨੇ ਕਰਨਾ ਹੁੰਦਾ। ਪਰ ਜਦ ਤੱਕ ਸਾਡੀ ਨੇੜਤਾ ਨਹੀਂ ਹੋਏਗੀ, ਤਦ ਤੱਕ ਉਹਦੇ ਬਾਰੇ ਅਸੀਂ ਸਮਝ ਨਹੀਂ ਸਕਦੇ। ਕਿਉਂਕਿ ਜਿਸ ਉਮਰ ਵਿੱਚ ਇਹ ਬੱਚੇ, ਤਕਰੀਬਨ ਨਸ਼ਾ ਛਡਾਊ ਕੈਂਪਾਂ 'ਚ ਮੈਂ ਬਹੁਤ ਜਗ੍ਹਾ ਗਿਆ, ਮੇਰੇ ਕੁਝ ਜਾਣੂਆਂ ਨੇ ਵੀ ਇਹ ਸ਼ੁਰੂਆਤ ਕੀਤੀ ਸੀ। 20-22 ਸਾਲ ਦੇ ਨੌਜਵਾਨ ਨੇ, ਉਹਨਾਂ ਨੇ ਆਪਣੇ ਸਿਰ ਵੀ ਬੜੇ ਅਜੀਬ ਤਰੀਕੇ ਨਾਲ ਸਾਫ ਸਫਾ ਚੱਟ ਕੀਤੇ ਹੋਏ ਆ, ਕਿਉਂਕਿ ਸਿਰਾਂ 'ਤੇ ਵੀ ਕੋਈ ਪਾਲਿਸ਼ ਵਗੈਰਾ ਲਾਉਂਦੇ ਸੀ। ਹੁਣ ਇਹ ਗੱਲਾਂ 'ਤੇ ਸਹਿਜ ਭਾਵੀ ਘਰ ਦੇ ਵਿੱਚ ਅਸੀਂ ਚੇਤਨ ਹੋਵੇ ਸਮਾਜ, ਅਤੇ ਬੱਚੇ ਦੀਆਂ ਹਰਕਤਾਂ ਤੋਂ ਵੀ ਪਤਾ ਲੱਗਦਾ, ਇੱਕ ਸਮਾਂ ਹੁੰਦਾ ਜਦੋਂ ਉਹਨੂੰ ਮੋੜਿਆ ਜਾ ਸਕਦਾ ਹੁੰਦਾ, ਇੱਕ ਸਮਾਂ ਹੁੰਦਾ ਕਿ ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੋਗੀ ਖੇਤ। ਇਹ ਅਖਾਣ ਮੁਹਾਵਰਿਆਂ ਦਾ ਇੱਕ ਮਤਲਬ ਹੈ ਕਿ ਪਹਿਲਾਂ ਜੇ ਚੇਤਨਤਾ ਲਈ ਜਾਏ, ਸਤਿਗੁਰੂ ਕਹਿੰਦੇ ਨਾ ਅੱਗੋਂ ਦੇ ਜਾ ਚੇਤੀਏ ਤਾਂ ਕੈਤ ਮਿਲੇ ਸਜਾਏ, ਸਤਿਗੁਰਾਂ ਦੇ ਬਾਣੀ 'ਚ ਸ਼ਬਦ ਹੈ। ਕਹਿੰਦੇ ਜੇ ਅੱਗੋਂ ਹੀ ਚੇਤਨਤਾ ਹੋਵੇ, ਅੱਗੋਂ ਹੀ ਜਾਗਰਤੀ ਹੋਵੇ, ਪਹਿਲਾਂ ਹੀ ਜਾਗਰਣਾ ਹੋਵੇ, ਤਾਂ ਬੰਦਾ ਸਜ਼ਾ ਤੋਂ ਬਚ ਸਕਦਾ। ਇਸ ਲਈ ਮੇਰਾ ਖਿਆਲ ਸਾਨੂੰ ਮਾਪਿਆਂ ਦੇ ਫਰਜ਼ ਪਾਲਦਿਆਂ ਹੋਇਆਂ ਇਹ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਦੀ ਪੈਦਾਇਸ਼ ਸ਼ੁੱਧ ਹੋਵੇ। ਜੇ ਨਸ਼ੇ ਕਰਕੇ ਹੀ ਪੈਦਾਇਸ਼ ਹੋਏਗੀ ਤਾਂ ਇਹਨਾਂ ਬੱਚਿਆਂ ਦੇ ਬਲੱਡ ਵਿੱਚ ਹੀ ਖੂਨ ਹੋਏਗਾ। ਇਹਨਾਂ ਨੂੰ ਪਰਿਵਾਰਕ ਮਾਹੌਲ ਦੇਣਾ ਪਏਗਾ ਬਹੁਤ ਚੰਗਾ, ਇਹਨਾਂ ਦੀ ਐਨਰਜੀ ਨੂੰ ਚੰਗਾ ਕਰਨਾ ਪਏਗਾ, ਇਹਨਾਂ ਦੇ ਉਮਰ ਦੇ ਪੜਾਅ ਨੂੰ ਸਮਝਣਾ ਜ਼ਰੂਰੀ ਹੈ, ਔਰ ਇਹਨਾਂ ਨਾਲ ਮਿੱਤਰਤਾ ਵੀ ਜ਼ਰੂਰੀ ਹੈ ਤਾਂ ਕਿ ਇਹ ਬੁਰਾਈਆਂ ਤੋਂ ਬਚ ਸਕਣ। ਇਹ ਇੱਕ ਸਹਿਜ ਭਾਵੀ ਸਾਡੀ ਵਿਚਾਰ ਹੈ ਕਿ ਅਸੀਂ ਕੁਝ ਨੁਕਤਿਆਂ ਦੇ ਨਾਲ ਆਪਣੇ ਇਹਨਾਂ ਬੱਚਿਆਂ ਨੂੰ ਇਹਨਾਂ ਮਾਰੂ ਲਹਿਰ ਤੋਂ ਬਚਾ ਸਕਦੇ ਹਾਂ, ਤਾਂ ਕਿ ਅਸੀਂ ਇੱਕ ਚੰਗਾ ਸਮਾਜ ਸਿਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।